ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਅਤੇ ਨੀਟਾ ਡਰਾਈਵਿੰਗ ਲਾਇਸੈਂਸ ਤੋਂ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ। ਆਪਣੇ ਵੱਡੇ ਵੀਰ ਬੇਵਾ ਭਾਜੀ ਉਹਨਾਂ ਦੇ ਨਾਲ, ਜਿਹਨਾਂ ਨੇ ਥੋੜ੍ਹੇ ਦਿਨ ਹੋਏ ਨੇ ਆਪਣਾ ਟੈਸਟ ਕਲੀਅਰ ਕੀਤਾ ਉਹਨਾਂ ਨੇ। ਆ ਉਹਨਾਂ ਦੀ ਫਾਈਲ ਜਿੱਥੇ ਕਿ ਰੱਬ ਦੀ ਮਿਹਰ ਦੇ ਨਾਲ ਦੋਨੀਆਂ ਲਿਖਿਆ ਆਇਆ ਹੈ। ਅੱਜ ਉਹਨਾਂ ਦੇ ਕੋਲ ਫੌਜੀ ਰੋਸਾ ਵੀ ਆ, ਜਿਹੜੇ ਕਿ ਆਪਣੀ ਗੱਡੀ ਦੇ ਬੂਹੇ ਦੇ ਕਰ ਦੇ ਉਹਨਾਂ ਨੇ ਇਹਦੇ ਉੱਪਰ ਹੀ, ਅਤੇ ਬੜੇ ਹੀ ਵਧੀਆ ਇਨਸਾਨ ਨੇ ਭਾਜੀ ਹੋਣੀ। ਅਤੇ ਇਹ ਕੋਈ ਫੋਂਦੀ ਤੋਂ ਕਾਫੀ ਕਿਲੋਮੀਟਰ ਰਹਿੰਦੇ ਨੇ, ਪੰਜ ਛੇ ਕਿਲੋਮੀਟਰ ਤੋਂ ਸਾਈਕਲ 'ਤੇ ਚੱਲ ਕੇ ਆਉਂਦੇ ਨੇ, ਸਤਾਲੇ 'ਚ ਕੰਮ ਕਰਦੇ ਨੇ। ਤੁਹਾਨੂੰ ਪਤਾ ਹੀ ਆ ਕਿੰਨਾ ਹਾਰਡ ਕੰਮ ਹੁੰਦਾ ਹੈ ਜਿਹੜਾ ਆਪਣਾ ਸਤਾਲੇ ਦਾ ਹੁੰਦਾ, ਸਵੇਰੇ ਸਵਾਸ 'ਤੇ ਉੱਠਣਾ ਅਤੇ ਉੱਧਰੋਂ ਸ਼ਾਮ ਨੂੰ ਵੀ ਜਲਦੀ ਲੱਗਣਾ, ਅਤੇ ਸਵੇਰੇ ਦੁਪਹਿਰੇ ਬੰਦਾ ਕਹਿੰਦਾ ਚਲ ਰੈਸਟ ਕਰਦੇ ਹਾਂ। ਪਰ ਫਿਰ ਵੀ ਮੌਸਮ ਖਰਾਬ ਦੇ ਕਾਰਨ ਕੋਈ ਇਹਨਾਂ ਨੇ ਬਹੁਤ ਘੱਟ ਹੀ ਮਤਲਬ ਇੱਦਾਂ ਦੇ ਚਾਂਸ ਹੋਏ ਵੀ ਉਹ ਆਪਣੀ ਇਹਨਾਂ ਨੇ ਜਿਹੜੀ ਕਲਾਸ ਨਹੀਂ ਲਾਈ। ਅਤੇ ਅੱਜ ਉਸ ਵਜ੍ਹਾ ਕਾਰਨ, ਉਸ ਜਿਹੜੀ ਇਹਨਾਂ ਨੇ ਆਪਣੀ ਮਿਹਨਤ ਕੀਤੀ ਆ, ਮਿਹਨਤ ਦੇ ਸਦਕਾ ਜੋ ਟੈਸਟ ਪਾਸ ਕੀਤਾ ਹੈ, ਅਤੇ ਥੋੜ੍ਹੇ ਦਿਨਾਂ ਤੱਕ ਆਪਣੀ ਗੁਵਿਧਾ ਕਰਕੇ ਇਹਨਾਂ ਕੋਲ ਲਾਇਸੈਂਸ ਹੋਊਗਾ ਰੱਬ ਦੀ ਮਿਹਰ ਨਾਲ, ਅਤੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ, ਕੱਲ੍ਹ ਨੂੰ ਵਧੀਆ ਗੱਡੀ ਲੈਣਗੇ ਅਤੇ ਦੋ ਬੋਲ ਬੋਲਣਗੇ ਵੀਰ ਆਪਣੇ ਬਾਰੇ। ਭਾਜੀ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਮੈਂ ਭਾਜੀ ਹੋਰਾਂ ਨੂੰ ਅਤੇ ਨੀਟਾ ਡਰਾਈਵਿੰਗ ਲਾਇਸੈਂਸ ਦੇ ਜਿੰਨੇ ਵੀ ਟੀਚਿੰਗ ਸਟਾਫ ਹੈ ਸਭ ਦਾ ਧੰਨਵਾਦ ਕਰਦਾ ਕਿ ਜਿਹਨਾਂ ਦੇ ਅਸੀਂ ਲਾਇਸੈਂਸ ਲੈਣ ਦੇ ਯੋਗ ਹੋ ਰਹੇ ਹਾਂ। ਅਤੇ ਦੂਜੇ ਨੰਬਰ 'ਤੇ ਜਿਹੜੇ ਮੇਰੇ ਵੀਰ ਲਾਇਸੈਂਸ ਕਰ ਰਹੇ ਨੇ, ਇਹਨਾਂ ਕੋਲ ਕੋਚਿੰਗ ਲੈ ਰਹੇ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਈਜ਼ੀ ਇੱਕ ਆਪਣੇ ਮਨ 'ਚ ਡਰ ਰਹੇ, ਉੱਥੇ ਪੇਪਰ ਬਹੁਤ ਈਜ਼ੀ ਹੁੰਦਾ ਅਤੇ ਆਪਾਂ ਸਾਰਿਆਂ ਨੇ ਕਰ ਜਾਣਾ, ਕੋਈ ਵੀ ਇਹਨਾਂ ਸੋਚੇ ਕਿ ਮੇਰੇ ਤੋਂ ਨਹੀਂ ਆਉਣਾ, ਕੋਈ ਪਹਿਲੀ ਵਾਰ 'ਚ ਕਰ ਜਾਂਦਾ, ਕੋਈ ਦੂਜੀ ਵਾਰ 'ਚ ਕਰ ਜਾਂਦਾ, ਪਰ ਕਰ ਆਪਾਂ ਸਾਰਿਆਂ ਨੇ ਜਾਣਾ। ਹੌਸਲੇ ਨਾਲ ਪੜ੍ਹੋ, ਕਨਫਿਊਜ਼ ਨਾ ਹੋਵੋ, ਮਨ 'ਚ ਡਰ ਨਾ ਰੱਖੋ ਜਿਸ ਟਾਈਮ ਪੇਪਰ ਹੋਇਆ ਆਪਣਾ। ਅਤੇ ਖਾਸ ਮੈਂ ਰਾਣਾ ਭਾਜੀ ਹੋਰਾਂ ਬਾਰੇ ਕਹਿਣਾ ਚਾਹਾਂਗਾ ਕਿ ਜਿਵੇਂ ਸ਼ੁਰੂ ਹੁੰਦੀ ਤੋਂ ਨੀਟਾ ਭਾਜੀ ਹੋਰਾਂ ਨੇ ਕੀਤਾ ਸੀ, ਪਰ ਉਹਨਾਂ ਕੋਲ ਇੰਨੇ ਜ਼ਿਆਦਾ ਕੰਮ ਨੇ ਕਿ ਉਹ ਰੈਗੂਲਰ ਇੱਥੇ ਨਹੀਂ ਆ ਸਕਦੇ। ਉਸ ਤੋਂ ਬਾਅਦ ਰਾਣਾ ਭਾਜੀ ਹੋਰੀ ਬਹੁਤ ਵਧੀਆ ਇੱਥੇ ਕਲਾਸਾਂ ਸੰਭਾਲ ਰਹੇ ਨੇ, ਇਹਨਾਂ ਦਾ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ, ਰੋਮੀ ਭਾਜੀ ਇਹਨਾਂ ਨਾਲ ਸਹਿਯੋਗ ਕਰ ਰਹੇ ਨੇ, ਬੰਦਿਆਂ ਨੂੰ ਲੈ ਕੇ ਜਾਣ ਦਾ, ਲੈ ਕੇ ਆਉਣ ਦਾ, ਉਹਨੂੰ ਬਹੁਤ ਅੱਛੇ ਨੇਚਰ ਦੇ ਨੇ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਭਾਜੀ ਜਿੱਦਾਂ ਕਈ ਸਟੂਡੈਂਟ ਥੋੜ੍ਹਾ ਝਿਜਕਦੇ ਨੇ ਵੀ ਸਾਨੂੰ ਪਤਾ ਨਹੀਂ ਅਸੀਂ ਬੁੱਕ ਪੜ੍ਹਨੀ ਆ, ਸਾਡੇ ਕੋਲ ਪਾਸ ਹੋਇਆ ਜਾਣਾ ਜਾਂ ਨਹੀਂ, ਤੁਹਾਡਾ ਦਾ ਇਸ ਬਾਰੇ ਕੀ ਐਕਸਪੀਰੀਅੰਸ ਰਿਹਾ? ਜੇ ਮੈਂ ਆਪਣਾ ਦੱਸਾਂ ਤਾਂ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਮੈਂ ਤੁਹਾਨੂੰ ਨਹੀਂ ਸੀ ਵਿੱਚ ਆ ਜਾਂਦਾ, ਅਤੇ ਸੰਡੇ ਜਿਵੇਂ ਦੁਪਹਿਰ ਨੂੰ ਕਲਾਸ ਲੱਗਦੀ, ਖਾਸ ਤੌਰ 'ਤੇ ਮੇਰੀ ਕਲਾਸ ਮਿਸ ਹੋ ਜਾਂਦੀ ਸੀ। ਹਾਲੇ ਤੱਕ ਮੇਰੀ ਬੁੱਕ 'ਚ ਕੋਈ ਸਵਾਲ ਹੀ ਇਹੋ ਜਿਹੇ ਨੇ ਕਿ ਜਿਹਨਾਂ ਦੇ ਮੇਰੇ ਖਾਲਸ ਵੀ ਨਹੀਂ ਲੱਗੇ, ਪਰ ਫੋਨ ਮੈਂ ਕਹਿੰਦਾ ਕਿ ਫੋਨ 'ਤੇ ਜ਼ਿਆਦਾ ਟਾਈਮ ਲਾਓ, ਫੋਨ 'ਤੇ ਵੈਬਸਾਈਟ ਜਿਹੜੀ ਚੱਲ ਰਹੀ ਆ ਆਪਣੀ, ਭਾਜੀ ਕਹਿ ਰਹੇ ਨੇ ਵੀ ਜਿਹੜੀ ਸਾਡੀ ਵੈਬਸਾਈਟ ਚੱਲ ਰਹੀ ਆ ਨੀਟ ਐਂਡ ਡਰਾਈਵਿੰਗ ਕਲਾਸ ਦੀ, ਕਾਫੀ ਜ਼ਿਆਦਾ ਉਸ ਤੋਂ ਉਹਨਾਂ ਨੇ ਮਦਦ ਲਈ ਹੈ, ਅਤੇ ਮਦਦ ਜਿਹੜੇ ਸਾਡੇ ਸਟੂਡੈਂਟ ਨੇ ਕਾਫੀ ਦੂਰ ਦੂਰ ਰਹਿ ਰਹੇ ਨੇ ਉਹ ਉਸ ਚੀਜ਼ ਤੋਂ ਫਾਇਦਾ ਲੈ ਵੀ ਰਹੇ ਨੇ। ਅਤੇ ਭਾਅ ਜੀ ਤੁਹਾਨੂੰ ਕੀ ਮਤਲਬ ਇਹਦਾ ਲੱਗਾ ਕਿ ਇਹਦੇ ਵਿੱਚ ਤਾਲੇ ਲਾਉਣਾ ਵੀ ਬੜੀ ਜ਼ਰੂਰੀ ਹੈਗੀ ਆ, ਕਿ ਜਾਂ ਕੋਈ ਇੱਡੀ ਜ਼ਿਆਦਾ ਉਹ ਨਹੀਂ ਹੈਗੀ? ਮੈਂ ਜੋ ਵੀ ਤੁਹਾਨੂੰ ਦੱਸਣਾ ਉਹ ਦੱਸ ਰਿਹਾ ਕਿ ਜਿਹੜਾ ਮੈਂ ਅੱਖੀ ਵੇਖਿਆ ਅਤੇ ਜੋ ਜੋ ਵਾਪਰਿਆ। ਹਾਂਜੀ, ਇੱਕ ਬੰਦਾ ਸੀ ਉੱਥੇ ਜਿੱਦਣ ਮੇਰਾ ਹੁਣ ਪੇਪਰ ਹੋਇਆ, ਮੈਂ ਜਿੱਦਣ ਪਾਸ ਹੋ ਕੇ ਆਇਆ ਵਾਂ, ਹਾਂਜੀ, ਉਸ ਬੰਦੇ ਨੂੰ ਪੁੱਛਿਆ ਕਿ ਤੇ ਡੇਢ ਵਰਤ ਗਈ ਹੈ, ਮਤਲਬ ਆਪਣੇ ਸਕੂਲ 'ਚੋਂ ਨਹੀਂ ਸੀ, ਅੱਛਾ ਜੀ, ਬਾਹਰ ਆਊਟਸਾਈਡਰ ਸੀ, ਪਰ ਉੱਥੇ ਉਸ ਟਾਈਮ ਪੇਪਰ ਮੇਰੇ ਨਾਲ ਦੇ ਰਿਹਾ ਸੀ। ਉਹਨੂੰ ਬੰਦੇ ਨੂੰ ਇਹ ਨਹੀਂ ਦੱਸਣਾ, ਇਹ ਨਹੀਂ ਪਸੰਦ ਲੱਗੀ ਕਿ ਮੈਨੂੰ ਕੀ ਪੁੱਛ ਰਿਹਾ ਐਗਜ਼ਾਮੀਨਰ, ਕੋਲੋਂ ਕਿਸੇ ਨੇ ਹੈਲਪ ਕੀਤੀ ਕਿ ਤੈਨੂੰ ਆਹ ਚੀਜ਼ ਪੁੱਛ ਲਿਆ ਕਿ ਤੇਰੀ ਡੇਟ ਆਫ ਬਰਥ ਕੀ ਹੈ ਅਤੇ ਕਿੱਥੇ ਦਾ ਜਨਮ ਹੈ, ਠੀਕ ਹੈ, ਉਹਨੂੰ ਫਿਰ ਦੱਸਣਾ ਵੀ ਨਹੀਂ ਆਇਆ। ਅੱਛਾ ਜੀ, ਉਸ ਤੋਂ ਬਾਅਦ ਐਗਜ਼ਾਮੀਨਰ ਉਹਨੂੰ ਇਹ ਸਵਾਲ ਕਰਦਾ, ਕਹਿੰਦਾ ਤੂੰ ਪੇਪਰ ਦੇਣਾ, ਉਹਨੂੰ ਇਹ ਪਤਾ ਲੱਗਿਆ ਕਹਿੰਦਾ ਨੋ, ਉਹਨੂੰ ਪਤਾ ਲੱਗ ਗਿਆ ਕਿ ਇਹਨੂੰ ਸਮਝ ਨਹੀਂ ਆਉਂਦੀ, ਚਲੋ ਉਹਨੇ ਬਿਠਾ ਦਿੱਤਾ ਕੰਪਿਊਟਰ 'ਤੇ। ਉਸ ਬੰਦੇ ਦੀਆਂ ਪੰਜ ਗਲਤੀਆਂ ਹੋਈਆਂ, ਇੱਕ ਗਲਤੀ ਪਿੱਛੋਂ ਪੇਪਰ 'ਚ ਰਹਿ ਗਿਆ। ਸੋਚੋ ਕਿ ਜਿਹੜੇ ਬੰਦੇ ਨੂੰ ਇੰਨੀ ਟਾਲੀਆਂ ਨਹੀਂ ਹੁੰਦੀਆਂ, ਅਗਰ ਉਹ ਪੰਜ ਗਲਤੀਆਂ ਕਰ ਸਕਦਾ, ਦੂਜੀ ਵਾਰ ਪਰਮਾਤਮਾ ਕਰੇ ਤੂੰ ਪਾਸ ਹੋ ਪਾਸ, ਅਤੇ ਜੇ ਉਹ ਪੰਜ ਗਲਤੀਆਂ ਕਰ ਸਕਦਾ ਤੇ ਜਿਹਨੂੰ ਥੋੜ੍ਹੀ ਬਹੁਤ ਆਉਂਦੀ ਹੈ ਉਹਨੂੰ ਪਾਸ ਹੋਏਗਾ, ਸਿਰਫ ਥੋੜ੍ਹੀ ਮਿਹਨਤ ਕਰੋ, ਮਨ 'ਚ ਡਰ ਨਾ ਰੱਖੋ, ਜ਼ਰੂਰ ਪਾਸ ਹੋਵੋਗੇ। ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ ਨੀਟ ਇਟਾਲੀਅਨ ਡਰਾਈਵਿੰਗ ਲਾਇਸੈਂਸ, ਅਤੇ ਜਿਹੜਾ ਵੀ ਚਾਹਵਾਨਾ ਲਾਇਸੈਂਸ ਕਰਦਾ ਸਾਡੇ ਕੰਟੈਕਟ ਨੰਬਰ ਨੇ ਉਹਦੇ ਉੱਪਰ, ਅਤੇ ਤੁਸੀਂ ਕੰਟੈਕਟ ਕਰ ਸਕਦੇ ਜੋ। ਅਤੇ ਅੱਜ ਅਸੀਂ ਤੁਹਾਨੂੰ ਇੱਕ ਹੋਰ ਚੀਜ਼ ਬਾਰੇ ਦੱਸਾਂਗੇ, ਭਾਈ ਇੱਧਰ ਕੈਮਰਾ ਕਰਿਓ, ਨੀਟਾ ਐਂਡ ਬ੍ਰਦਰਸ ਟਰੈਵਲ ਏਜੰਸੀ ਮਲਟੀ ਸਰਵਿਸ, ਜਿਹੜੀ ਅਸੀਂ ਇੱਕ ਹੋਰ ਸਰਵਿਸ ਆਪਣੀ ਸ਼ੁਰੂ ਕੀਤੀ ਆ ਲਾਇਸੈਂਸ ਦੇ ਨਾਲ ਨਾਲ, ਤੁਸੀਂ ਕਿਤੇ ਵੀ ਆਪਣੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਣਾ ਚਾਹੁੰਦੇ ਹੋ ਅਤੇ ਤੁਸੀਂ ਸਾਡੇ ਨਾਲ ਟਿਕਟ ਲੈਣ ਵਾਸਤੇ ਕੰਟੈਕਟ ਕਰ ਸਕਦੇ ਹੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਗਲੀ ਵੀਡੀਓ ਦੇ ਨਾਲ ਫਿਰ ਅਸੀਂ ਹਾਜ਼ਰ ਹੋਵਾਂਗੇ ਨੀਟਾ ਡਰਾਈਵਿੰਗ ਲਾਇਸੈਂਸ। ਸਤਿ ਸ਼੍ਰੀ ਅਕਾਲ ਜੀ ਸਰ।